कल केजरीवाल सर को जमानत मिली है, उसके बाद पटाखे जलाए गए लेकिन फिर उनको रोक दिया गया, क्या कहते? ਮੈਨੂੰ ਪਤਾ ਲੱਗਿਆ ਕਿ ਬਾਰਡਰ 'ਤੇ ਲੜਾਈ ਲੜਨ ਵਾਸਤੇ ਗਏ ਹੋਏ ਸੀ ਕੇਜਰੀਵਾਲ ਜੀ, ਉੱਥੇ ਜਿੱਤ ਹੋ ਗਈ ਹੈ ਅਤੇ ਵਾਪਸ ਆ ਰਹੇ ਸੀ, ਪਟਾਕੇ ਚੱਲਣ ਲੱਗ ਗਏ, ਲੇਕਿਨ ਰਸਤੇ 'ਚ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਹੈ, ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ। ਸੋ ਮੈਨੂੰ ਐਂ ਦੱਸੋ ਕਿ 100 ਚੂੜੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ, ਇਹ ਕਿਹੜਾ ਉਹ ਜੱਗ ਜਿੱਤ ਕੇ ਆ ਰਹੇ ਸੀ ਜਿਹੜੇ ਇੰਨੇ ਪਟਾਕੇ ਚਲਾਉਣ ਲੱਗ ਗਏ ਰਾਤੋਂ ਰਾਤ, ਅਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਤੇ। ਸੋ ਬਲਕਿ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਉਹ ਅੰਦਰ ਗਏ, ਕਿਉਂ ਪੰਜਾਬ, ਇਹ ਤਾਂ ਦਿੱਲੀ ਦਾ ਹੀ ਘੁਟਾਲਾ ਨਿਕਲਿਆ, ਜਿਸ ਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਲੁੱਟਿਆ ਹੈ, ਔਰ ਦੋਵੇਂ ਹੱਥੀ ਪੰਜਾਬ ਨੂੰ ਲੁੱਟਿਆ ਜਾ ਰਿਹਾ। ਇਹ ਆਪਾਂ ਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਸਰ ਇੱਕ MLA ਦੀ ਵੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਅੰਮ੍ਰਿਤਸਰ ਤੋਂ, ਜਿਹਦੇ ਵਿੱਚ ਦੱਸਦੇ ਕਿ ਹਾਰ ਦੇ ਕਾਰਨ ਇਹਨਾਂ ਦਾ ਆਪਣਾ MLA ਇਹ ਕਹਿ ਰਿਹਾ ਕਿ ਵਰਕਰਾਂ ਦੀ ਕੋਈ ਸੁਣਵਾਈ ਨਹੀਂ, ਇੱਥੇ ਦਫ਼ਤਰਾਂ ਦੇ ਵਿੱਚ ਕਰਪਸ਼ਨ ਹੈ, ਨਸ਼ਿਆਂ ਦੀ ਭਰਮਾਰ ਹੋਈ ਵੀ ਇਹਨਾਂ ਦਾ ਆਪਣਾ MLA ਕਹਿ ਰਿਹਾ, ਅਸੀਂ ਨਹੀਂ ਕਹਿ ਰਹੇ। ਸੋ ਇਹ ਸੰਭਾਲੇ ਨਹੀਂ ਸਕੇ ਪੰਜਾਬ ਨੂੰ ਅਤੇ ਫੇਲ ਹੋ ਗਿਆ ਪੰਜਾਬ ਨੂੰ ਚੰਗੀ ਸਰਕਾਰ ਦੇਣ ਦੇ ਵਿੱਚ। ਔਰ ਹੁਣ ਇਹ ਹੈ ਕਿ ਸਾਡੇ ਪਾਸ ਹੁਣ ਵੈਸਟ ਦਾ ਹਲਕਾ ਵਿੱਚ ਚੋਣ ਆਉਣੀ ਹੈ, ਪਹਿਲਾਂ ਵੀ ਇਹ ਤੀਜੇ ਨੰਬਰ 'ਤੇ ਆਏ ਅਤੇ ਅਗਲੀ ਵਾਰੀ ਵੀ ਤੀਜੇ 'ਤੇ ਆਉਣਾ। ਧੰਨਵਾਦ। ਕੱਲ੍ਹ ਆਮ ਆਦਮੀ ਪਾਰਟੀ ਕੇ ਤਮਾਮ ਬੜੇ ਲੀਡਰਸ, ਕੈਬਨਿਟ ਮੰਤਰੀ, ਯਹਾਂ ਤੱਕ ਕਿ ਸੰਦੀਪ ਪਾਠਕ, ਉਹਨੇ ਜਲੰਧਰ ਵੀ ਮੀਟਿੰਗ ਕੀ ਹੈ ਤਰੀਕੇ ਦੇ ਸਾਥ, ਔਰ ਇਲੈਕਸ਼ਨ ਕੋ ਲੇਕਰ ਕਿਆ ਲੱਗ ਰਿਹਾ ਹੈ ਕਿ ਇਸ ਵਾਰ ਕਿਉਂਕਿ ਸਰਕਾਰ ਸੱਤਾ ਮੇਂ ਹੈ ਤੋ ਕਹੀਂ ਨਾ ਕਹੀਂ ਦਬਾਅ ਰਹੇਗਾ? ਆਮ ਆਦਮੀ ਪਾਰਟੀ ਨੇ ਇਹ ਕੋਈ ਪਹਿਲੀ ਮੀਟਿੰਗ ਨਹੀਂ ਕੀਤੀ, ਇਸ ਤੋਂ ਪਿਛਲੇ ਇਲੈਕਸ਼ਨ 'ਚ ਵੀ ਕੀਤੀ ਸੀ, ਉਸ ਤੋਂ ਪਿਛਲੇ ਇਲੈਕਸ਼ਨ ਦੇ ਵਿੱਚ ਕੀਤੀ ਸੀ। ਜਦ ਇਲੈਕਸ਼ਨ ਆਉਂਦਾ ਤਾਂ ਇੱਥੇ ਰਹਿਣ ਵੀ ਆ ਜਾਂਦੇ, ਇੱਥੇ ਮੀਟਿੰਗਾਂ ਕਰਨ ਵੀ ਆ ਜਾਂਦੇ, ਲੇਕਿਨ ਅੱਜ ਵੈਸਟ ਦੇ ਵਿੱਚ ਗੰਦਾ ਪਾਣੀ ਆਉਂਦਾ ਹੈ, 70 ਸਾਲਾਂ ਬਾਅਦ ਵੀ ਅੱਜ ਗੰਦਾ ਪਾਣੀ ਆ ਰਿਹਾ। 2 ਸਾਲ ਹੋ ਗਏ ਇਹਨਾਂ ਦੀ ਸਰਕਾਰ ਆਏ ਨੂੰ, ਇਹਨਾਂ ਨੇ ਕਿਸੇ ਟਿਊਬਵੈੱਲ ਦੀ ਕੇਅਰ ਨਹੀਂ ਕੀਤੀ, ਲੋਕਾਂ ਨੂੰ ਪੀਣ ਵਾਸਤੇ ਪਾਣੀ ਗੰਦਾ ਮਿਲ ਰਿਹਾ। ਤੁਸੀਂ ਬੋਤਲ 'ਚ ਪਾ ਕੇ ਦੇਖੋ, ਤੁਸੀਂ ਉਹਦੇ ਨਾਲ ਨਹਾ ਵੀ ਨਹੀਂ ਸਕਦੇ, ਪੀਣਾ ਤਾਂ ਦੂਰ ਦੀ ਗੱਲ ਹੈ। ਇਸੇ ਤਰ੍ਹਾਂ ਗਲੀਆਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਘੁੰਮ ਰਿਹਾ। ਜੇ ਆਮ ਆਦਮੀ ਪਾਰਟੀ ਚੰਗੀ ਹੁੰਦੀ ਤਾਂ 2.25 ਸਾਲ ਹੋ ਗਏ ਹੈ ਇਹਨਾਂ ਦੀ ਸਰਕਾਰ ਬਣੇ ਨੂੰ, ਇਹ ਕੁਛ ਨਾ ਕੁਛ ਸੋਚਦੇ ਵੈਸੇ ਦਾ, ਲੇਕਿਨ ਇਹਨਾਂ ਨੇ ਕੁਛ ਨਹੀਂ ਸੋਚਿਆ। ਹੁਣ ਇਹਨਾਂ ਨੂੰ ਹਰਾਉਣ ਦੀ ਵਾਰੀ ਆ ਗਈ ਹੈ, ਇਹਨਾਂ ਨੂੰ ਸਬਕ ਸਿਖਾਉਣ ਦੀ ਵਾਰੀ ਆ ਗਈ ਹੈ, ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾਉਣਾ ਹੈ। ਇੱਥੇ ਮੁੱਖ ਮੰਤਰੀ ਅੱਗੇ ਰਹੇ, ਉਹਦਾ ਪਰਿਵਾਰ ਰਹੇ, ਕੋਈ ਰਹੇ, ਲੇਕਿਨ ਸਾਡੇ ਹਾਲਾਤ ਨਹੀਂ ਬਦਲੇ, ਅਸੀਂ ਇਸ ਕਰਕੇ ਵੈਸਟ ਵਾਲਿਆਂ ਨੇ ਇਹਨਾਂ ਨੂੰ ਹਰਾਉਣਾ। ਤੁਸੀਂ ਵੱਡੀ ਲੀਡ ਦੇ ਨਾਲ ਜਿੱਤੇ।